ਦਿਖਾਵਾਂ ਸੂਰਤ ਨੇ ਮੁਰਸ਼ਦ ਦੀ ਹਰਗਿਜ਼ ਦਿਖਾਵਾਂ ਜਿਹੜਾ ਨੀ ਮੰਨਦਾ ਤੇ ਉਹਨੂੰ ਮਨਾਵਾਂ ਜਿਹੜਾ ਨੀ ਮੰਨਦਾ ਤੇ ਜਿਹੜਾ ਨੀ ਮੰਨਦਾ ਤੇ ਉਹਨੂੰ ਮਨਾਵਾਂ ਜਿਹੜਾ ਨੀ ਮੰਨਦਾ ਤੇ ਉਹਨੂੰ ਮਨਾਵਾਂ ਜਿਹੜਾ ਨੀ ਜੇ ਕੋਈ ਪੁੱਛੇ ਵੀ ਸ਼ੈਤਾਨ ਦੱਸ ਕੇ ਜਾਣਾ ਸੀ ਦਿਖਾ ਤਾਂ ਫਿਰ ਕਿੱਥੋਂ ਦਿਖਾ ਉਹ ਮੈਂ ਜੀ ਅਗਰ ਇਹ ਰੁਤਬਾ ਮੈਨੂੰ ਮਿਲ ਜਾ ਤਾਂ ਥੋੜਾ ਜੀ ਇਹ ਰੁਤਬਾ ਅਗਰ ਮੈਨੂੰ ਹਜ਼ੂਰ ਬਖਸ਼ਦੇ ਹੋ ਸ਼ੈਤਾਨੀ ਮੈਂ ਲੈ ਲਿਆ ਜ਼ਬਰ ਆਪਣੇ ਕਾਫਰ ਹੈ ਉਸ ਨੂੰ ਕਹਿੰਦੇ ਨੇ ਇਨਕਾਰੀ ਜਿਸ ਦੇ ਉੱਤੇ ਜ਼ੇਰ ਹੈ ਉਸਦਾ ਮਾਨਾ ਹੈ ਉਸ ਕਾਫਰ ਦਾ ਮਾਨਾ ਹੈ ਪੈਦਾ ਕਰਨ ਵਾਲਾ ਇਨਕਾਰ ਕਰਨ ਵਾਲਾ ਉਹਦੀਆਂ ਅਗਾਂਹ ਚਾਰ ਕਿਸਮਾਂ ਚੱਲਦੀਆਂ ਇੱਕ ਕਾਫਰ ਉਸ ਨੂੰ ਕਹਿੰਦੇ ਨੇ ਕਿ ਜਿਹੜੇ ਆ ਜਾ ਕੇ ਰੁਬਾਨੀ ਇਸ ਨਬਰੀ ਦਾ ਮੁਨਕਰ ਲਾਂਤ ਲਾ ਉਦੋਂ ਤੇ ਲਾਂਤ ਹੋਏ ਤੂੰ ਨੌਜ ਬਿਲਾ ਉਸ ਮਾਲਕ ਹਰ ਇੱਕ ਨੂੰ ਉਸਨੂੰ ਬਚਾਵੇ ਫਿਰ ਕਾਫਰੇ ਤਰੀਕਤ ਫਿਰ ਕਾਫਰੇ ਮਤਲਬ ਹਕੀਕਤ ਫਿਰ ਕਾਫਰੇ ਮਾਰਫਤ ਕਾਫਰੇ ਅੱਲਾ ਹੈ ਉਹਦਾ ਮਤਲਬ ਕਿ ਕਾਫਰ ਕੁਫਰ ਚੋਂ ਨਿਕਲਿਆ ਕੁਫਰ ਦਾ ਮਾਇਆ ਸਤਰ ਪੋਸ਼ੀਦਗੀ ਹੈ ਔਰ ਜਦੋਂ ਅੱਲਾ ਨੇ ਸਾਨੂੰ ਆਪਣੇ ਅੰਦਰ ਪੋਸ਼ੀਦਾ ਕਰ ਲਿਆ ਤੇ ਕੀ ਹੋ ਗਿਆ ਅਸੀਂ ਅੱਲਾ ਦੇ ਅੱਲਾ ਸਾਡਾ ਕਾਫਰ ਹੋ ਗਿਆ ਕਿ ਸਾਨੂੰ ਛੁਪਾ ਲਿਆ ਅਸੀਂ ਮੁਕਾਬਲਾ ਹੋ ਗਿਆ ਲਗਦਾ
ਗੱਲ ਦਾ ਮਤਲਬ ਕੋਈ ਨਹੀਂ। ਅਰੇ ਹੈਦਰ ਨੇ ਕਲਮਾ ਮੁਹੰਮਦ ਦਾ ਪੜਿਆ, ਹੈਦਰ ਨੇ ਕਲਮਾ ਮੁਹੰਮਦ ਦਾ ਪੜਿਆ, ਹੈਦਰ ਨੇ ਕਲਮਾ ਮੁਹੰਮਦ ਦਾ ਪੜਿਆ। ਫਿਰ ਮੁਹੰਮਦ ਨੇ ਕਲਮਾ ਦੱਸੋ ਕਿਹਦਾ ਪੜਿਆ, ਮੁਹੰਮਦ ਨੇ ਕਲਮਾ ਦੱਸੋ ਕਿਹਦਾ ਪੜਿਆ। ਦੋਜਕ ਨੇ ਕਲਮਾ ਮੁਹੰਮਦ ਦਾ ਪੜਿਆ, ਦੋਜਕ ਨੇ ਕਲਮਾ ਮੁਹੰਮਦ ਦਾ ਪੜਿਆ, ਮੁਹੰਮਦ ਨੇ ਕਲਮਾ ਕਲੰਦਰ ਦਾ ਪੜਿਆ, ਮੁਹੰਮਦ ਨੇ ਕਲਮਾ ਕਲੰਦਰ ਦਾ ਪੜਿਆ। ਕਲੰਦਰ ਨੇ ਕਲਮਾ ਕਿਹੜਾ ਦੱਸੋ ਪੜਿਆ, 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 ਕਲੰਦਰ ਨੇ ਕਲਮਾ ਅੱਲਾ ਦੀ ਗੱਲ ਨੂੰ ਵੀ ਸੁਣਾ ਤੇ ਮੈਂ ਅਰਜ਼ ਕੀਤੀ ਬਿਨਾਂ ਬੰਦੇ ਅੱਲਾ ਮੈਂ ਕਿੱਥੋਂ ਦਿਖਾਵਾਂ। ਹਜ਼ਰਤ ਸਾਹਿਬ ਗੌਰ ਸ਼ੇਰੇ ਉਹ ਬਿਨਾਂ ਬੰਦੇ ਅੱਲਾ ਮੈਂ ਕਿੱਥੋਂ ਦਿਖਾਵਾਂ, ਬਿਨਾਂ ਬੰਦੇ ਅੱਲਾ
ਲੱਕੜੀ ਦਾ ਪਾਵਾ ਤੇ ਲੱਕੜੀ ਦਾ ਮੰਜਾ, ਲੱਕੜੀ ਦਾ ਪਾਵਾ ਦੇਖੋ ਲੱਕੜੀ ਦਾ ਪਾਵਾ ਤੇ ਲੱਕੜੀ ਦਾ ਮੰਜਾ। ਕਦੀ ਮੰਜੇ ਨੂੰ ਵੀ ਆਖਿਆ ਲੱਕੜੀ ਲਿਆ, ਜਾਂ ਲੱਕੜੀ ਨੂੰ ਵੀ ਆਖਿਆ ਮੰਜਾ ਲਿਆ, ਮਗਰ ਮੰਜੇ ਦੇ ਸਿਵਾ ਨੀ ਲੱਕੜੀ ਨਾ, ਲੱਕੜੀ ਦੇ ਸਿਵਾ ਮੰਜਾ ਏ। ਲੱਕੜੀ ਦਾ ਪਾਵਾ ਤੇ ਲੱਕੜੀ ਦਾ ਮੰਜਾ, ਲੱਕੜੀ ਦਾ ਪਾਵਾ ਤੇ ਲੱਕੜੀ ਦਾ ਮੰਜਾ, ਲੱਕੜੀ ਦਾ ਪਾਵਾ ਤੇ ਲੱਕੜੀ ਦਾ ਮੰਜਾ। ਜਦੋਂ ਸਾਫ ਹੁੰਦਾ ਜੇ ਫਿਰ ਜਾਂਦਾ ਰਹਿੰਦਾ, ਸਾਫ ਹੁੰਦਾ ਜੇ ਫਿਰ ਜਾਂਦਾ ਰਹਿੰਦਾ, ਜਦੋਂ ਸਾਫ ਹੁੰਦਾ ਜੇ ਫਿਰ ਜਾਂਦਾ ਰਹਿੰਦਾ, ਬਿਜਲੀ ਦੀ ਤਾਕਤ ਨਹੀਂ ਸੀ ਫੜਕ ਜਾਣੇ ਦੀ, ਮੇਰੀ ਸਰਕਾਰ ਤੇ ਰੇਸ਼ਮ ਦਾ ਲੱਛਾ ਨੇ, ਜਿੱਦ ਨੂੰ ਮਰਜ਼ੀ ਮੋੜ ਲਾ, ਇਹ ਤੇ ਹਜ਼ਰਤ ਜਨਾਬ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਉਤਾਰ ਬੈਠੇ। ਮਗਰ ਹਜ਼ੂਰ ਸੱਤ ਵਿੱਚੋਂ ਆਏ, ਮੈਂ ਆਪਣੇ ਨਿਉ ਲੱਗੇ ਦੀ ਗੱਲ ਸੁਣਾਉਣ ਲੱਗਾ। ਸੱਤ ਤੱਕ ਵਿੱਚੋਂ ਅਸੀਂ ਲੰਘੇ, ਹਜ਼ੂਰ 19 ਸ਼ਰੀਫ ਸਨ ਉਦੋਂ। ਪਟਵਾਰੀ ਨੇ ਜਾ ਕੇ ਆਖਿਆ, ਬਾਬਾ ਜੀ ਇੱਕ ਮੁੰਡਾ ਛੋਟਾ ਜਿਹਾ, ਉਹਦੀ ਕਵਾਲੀ ਸੁਣਾਉਣੀ ਹੈ। ਆ ਫਰਮਾਉਣ ਲੱਗੇ, ਸੂਫੀ ਖਾਦਮ ਨੂੰ ਬੁਲਾਇਆ, ਉਹਦੇ ਬਗੈਰ ਟਾਈਮ ਨਹੀਂ ਕਿਸੇ ਨੂੰ ਮਿਲ ਸਕਦਾ। ਉਹ ਪਟਵਾਰੀ ਕੁਝ ਲਾਡਲਾ ਸੀ ਹਜ਼ੂਰ, 10 ਮਿੰਟ ਐਵੇਂ ਛੋਟਾ ਜਿਹਾ ਮੁੰਡਾ ਉਹਦੀ ਕਵਾਲੀ ਸੁਣਨੇ ਵਾਲੀ। ਆ ਫਰਮਾਉਣ ਲੱਗੇ, ਨਹੀਂ ਹੈ ਨਹੀਂ ਟਾਈਮ। ਫੇਰ ਅਰਜ਼ ਕੀਤੀ ਜੀ ਕੋਈ ਸ਼ੇਰ। ਆ ਫਰਮਾਉਣ ਲੱਗੇ, ਤੂੰ ਚੁੱਪ ਕਰ, ਸੂਫੀ ਲਿਆ ਮੁੰਡਾ ਕਿਹੜਾ, ਮੈਨੂੰ ਉੱਠ ਕੇ ਲਿਆ ਤੇ ਮੇਰਾ ਸਾਥ ਲਿਆ। ਅਸੀਂ ਬਹਿ ਗਏ, ਜਦ ਮੈਂ ਦੋੜਾ ਪੜਿਆ, ਆ ਫਰਮਾਉਣ ਲੱਗੇ ਇਹਦੀ ਸਖ਼ਤ ਤਰ੍ਹਾਂ ਉਰੇ ਕਰ ਦਿਓ, ਮੈਂ ਸਦਕੇ ਜਾਵਾਂ। ਇੱਕੋ ਸ਼ੇਰ ਵਿੱਚ ਰਾਜ ਪਾ ਲਿਆ ਤੇ ਇੱਕੋ ਸ਼ੇਰ ਵਿੱਚ ਰਿਸ਼ਤਾ ਜੋੜ ਦਿੱਤਾ। ਫਰਮਾਇਆ ਮੁਸੱਲਾ ਉਰੇ ਕਰ ਲਾ। ਅੱਗੇ ਨੂੰ ਹੋ ਗਏ, ਮੈਨੂੰ ਗਜ਼ਲ ਯਾਦ ਹੈ ਜਿਹੜੀ ਸ਼ੁਰੂ ਹੋਈ, ਨਾਥ ਸ਼ਰੀਫ ਮੈਂ ਬੋਲ ਦੱਸਦਾ, ਉਹ ਕਿਹੜੀ ਬਸ਼ਰ ਦੀ ਸੂਰਤ ਯੇ ਸ਼ਾਨ ਹੱਕ ਹੈ, ਬਸ਼ਰ ਕੀ ਸੂਰਤ ਯੇ ਸ਼ਾਨ ਹੱਕ ਹੈ, ਕੋਈ ਨਾ ਤੁਮਦੂਰ। ਯੇ ਰਾਜ਼ ਕਿਆ ਹੈ, ਬਸ਼ਰ ਕੀ ਸੂਰਤ ਯੇ ਸ਼ਾਨ ਹੱਕ ਹੈ, ਕੋਈ ਨਾ ਤੁਮਦੂਰ। ਰਾਜ਼ ਕਿਆ ਹੈ, ਹਜ਼ੂਰ ਨੇ ਸੀਨੇ ਲਾਇਆ, ਜੋ ਕੁਝ ਵੀ ਹੋਇਆ ਸਾਰਿਆਂ ਨੂੰ ਪਤਾ। ਇੱਥੇ ਦਰਬਾਰ ਸਿੰਘ ਤੇ ਆ ਕੇ ਇੱਕ ਦਿਨ ਹਜ਼ੂਰ ਨੇ ਫਰਮਾਇਆ, ਲਿਆ ਹੋਇਆ ਉਸ ਕਵਾਲ ਨੂੰ ਕੁਰਾਨ ਪੜਾਵਾਂ, ਦੇਖੋ ਮੇਰੇ ਮੁਕੱਦਰ ਤੇ ਮੈਂ ਕੀ ਆ। ਉਹਦੀ ਜ਼ਰੇ ਨਵਾਜ਼ੀ ਦੀ ਗੱਲ ਨਹੀਂ, ਆਪ ਨੇ ਖੁਦ ਫਰਮਾਇਆ ਕਵਾਲ ਨੂੰ ਬੁਲਾਓ ਕੁਰਾਨ ਪੜਾਵਾਂ। ਮੈਂ ਆ ਕੇ ਸਜਦਾ ਕੀਤਾ ਬੈਠ ਗਿਆ। ਆ ਫਰਮਾਉਣ ਲੱਗੇ, ਤੈਨੂੰ ਕੁਰਾਨ ਪੜਾ ਦੇਵਾਂ। ਮੈਂ ਕਿੱਥੇ ਜੀ ਕੁਰਾਨ ਪੜਨਾ, ਮੈਨੂੰ ਅਰਬੀ ਨਹੀਂ ਆਉਂਦੀ। ਆ ਫਰਮਾਉਣ ਲੱਗਿਆ, ਲਾ ਲਾ ਇਲੇ ਲੱਗਾਂ ਨੇ ਨਾ ਕੁਰਾਨ ਪੜਾ ਦਊਂ।
ਇੰਜ ਹੋਇਆ ਆ ਫਰਮਾਉਣ ਲੱਗੇ ਉਹ ਇਹ ਨਾ ਸਮਝੀ ਕਿ ਤੂੰ ਕੌਣ ਹੈ ਤੇਰੇ ਵਿੱਚ ਕੋਈ ਗਾਉਂਦਾ ਤੇ ਅੱਗੇ ਨੂੰ ਤੇਰੇ ਵਿੱਚ ਮੈਂ ਗਾਉਣਾ ਹੀ ਮੈਨੂੰ ਲਾਉਂਦੀ ਸੀ ਕਿਸਨੇ ਇਹ ਲਫ਼ਜ਼ ਮੈਨੂੰ ਕਹੇ ਉਹਨੇ ਇਸ ਵਾਸਤੇ ਮੇਰੀ ਆਵਾਜ਼ ਨੂੰ ਕੋਈ ਪਿਛਲਾ ਨਹੀਂ ਸਕਦਾ ਮੇਰੀ ਗੱਲ ਨੂੰ ਕੋਈ ਬੁਕਲਾ ਨਹੀਂ ਸਕਦਾ ਮੈਨੂੰ ਇਹ ਤਾਬੇ ਔਰ ਯਕੀਨ ਹੈ ਮੇਰੀ ਗੱਲ ਨਹੀਂ ਬਾਬੇ ਦੀ ਗੱਲ ਹੈ।